ਜਰਨਲ ਅਨਿਲ ਚੋਹਾਨ ਨੇ ਭਾਰਤ ਦੇ ਦੂਜੇ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸੰਭਾਲ ਲਿਆ ਹੈ ਇਸ ਦੌਰਾਨ ਜਰਨਲ ਚੋਹਾਨ ਨੇ ਕਿਹਾ ਭਾਰਤੀ ਹਥਿਆਰਵੰਦ ਬਲਾਂ ਵਿੱਚ ਸਭ ਤੋਂ ਉੱਚੇ ਰੈਂਕ ਦੀ ਜ਼ਿੰਮੇਵਾਰੀ ਸੰਭਾਲਨ ਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਮੈਂ ਸੈਨਾ ਦੇ ਤਿੰਨੇ ਅੰਗਾਂ ਦੀਆਂ ਆਸਾਂ ਤੇ ਖਰਾ ਉਤਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਿਪਟਣ ਦੀ ਕੋਸ਼ਿਸ਼ ਕਰਾਂਗਾ ਸੀਡੀਐਸ ਵੱਲੋਂ ਅਹੁਦਾ ਸੰਭਾਲਨ ਤੋਂ ਪਹਿਲਾਂ ਜਰਨਲ ਚੋਹਾਨ ਨੇ ਇੰਡੀਆ ਗੇਟ ਤੇ ਕੌਮੀ ਜੰਗੀ ਯਾਦਗਾਰ ਤੇ ਦੇਸ਼ ਲਈ ਬਲਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਨੁਪਮਾ ਅਤੇ ਪਿਤਾ ਸੁਰੇਂਦਰ ਸਿੰਘ ਚੋਹਾਨ ਵੀ ਮੌਜੂਦ ਸਨ ਜਰਨਲ ਚੋਹਾਨ ਨੂੰ ਰਾਇਸੀਨਾ ਹਿਲਸ ਵਿਕੇ ਸਾਊਥ ਬਲਾਕ ਦੇ ਲਾਨ ਵਿੱਚ ਤਿੰਨੋਂ ਸੈਨਾਵਾਂ ਵੱਲੋਂ ਗਾਡ ਆਫ ਆਨਰ ਦਿੱਤਾ ਗਿਆ ਇਸ ਮੌਕੇ ਫਲ ਸੈਨਾ ਦੇ ਮੁਖੀ ਜਰਨਲ ਮਰੋਜ ਪਾਂਡੇ ਹਵਾਈ ਸੈਨਾ ਦੇ ਮੁਖੀ 에어 ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਅਤੇ ਜਲ ਸੈਨਾ ਦੇ ਮੁਖੀ ਵਾਇਸ ਐਡਮਿਰਲ ਐਸ ਐਨ ਘੋਰਮਾੜੇ ਵੀ ਮੌਜੂਦ ਸਨ ਉਧਰ ਸੀਡੀਐਸ ਵੱਲੋਂ ਅਦਾ ਸੰਭਾਲੇ ਜਾਣ ਤੋਂ ਬਾਅਦ ਜਰਨਲ ਚੋਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਇੱਕ ਮੀਟਿੰਗ ਕੀਤੀ